ਤੁਹਾਡੇ ਇਨੋਸੈਂਟ ਜੱਟ ਵੱਲੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਆਪਾਂ ਦੱਸਣ ਜਾ ਰਹੇ ਹਾਂ ਖੀਰੇ ਦੀ ਖੇਤੀ ਬਾਰੇ। ਤੁਸੀਂ ਆਹ ਦੇਖ ਸਕਦੇ ਹੋ ਖੀਰੇ ਦੀਆਂ ਬੇਲਾਂ ਆਪਣੀਆਂ ਲਗਭਗ 70-75 ਕੁ ਬੇਲਾਂ ਲੱਗੀਆਂ ਹੋਈਆਂ ਨੇ ਵੀਰੇ। ਤੁਸੀਂ ਇਹਨੂੰ ਕੋਈ ਮਤਲਬ ਜ਼ਿਆਦਾ ਸਪਰੇਅ ਨਹੀਂ ਕਰਨਾ ਪੈਂਦਾ ਹੈ ਨਾ। ਇਹ ਤੋਂ ਅੱਜ ਅਸੀਂ ਕਮ ਸੇ ਕਮ 35 ਕਿਲੋ ਖੀਰਾ ਤੋੜਿਆ ਤੀਜੇ ਦਿਨ। ਜਿਹੜੇ ਲੋਕ ਕਹਿੰਦੇ ਨੇ ਖੀਰੇ ਦੀ ਖੇਤੀ ਵਿੱਚ ਕੋਈ ਫਾਇਦਾ ਨਹੀਂ ਨਫ਼ਾ ਨਹੀਂ ਹੈ ਨਾ, ਪਰ ਮੈਂ ਕਹਿੰਦਾ ਨਫ਼ਾ ਹੀ ਸਾਰਿਆਂ ਨੂੰ ਵਧੀਆ ਖੀਰੇ ਦੀ ਖੇਤੀ ਵਿੱਚ ਹੈ। ਲਓ ਇੰਨਾ ਕਾ ਇੱਕ ਵੱਟ 'ਤੇ ਸਾਡਾ ਲੱਗਿਆ ਹੋਇਆ ਜਿੰਨਾ ਵੀ ਹੈ, ਪਰ ਵੀਰੇ ਅਸੀਂ ਖੀਰਾ ਇਹ ਤੋਂ ਤੀਜੇ ਦਿਨ ਮੇਰੇ ਹਿਸਾਬ ਨਾਲ 30-35 ਕਿਲੋ ਖੀਰਾ ਤੋੜ ਦਿਆਂਗੇ। ਅਤੇ ਬਾਕੀ ਆਪਣੀਆਂ ਹੋਰ ਵੀ ਬੇਲਾਂ ਲੱਗੀਆਂ ਹੋਈਆਂ ਨੇ ਹੈ ਨਾ, ਪੇਠਾ ਕੱਦੂ ਹੋ ਗਿਆ, ਉਹ ਸਾਈਡ 'ਤੇ ਚੌਵੇ ਬੰਨੀਆਂ ਲੱਗੀਆਂ ਹੋਈਆਂ ਨੇ, ਅਤੇ ਆਹ ਆਪਣੇ ਬਤਾਊ ਲੱਗੇ ਹੋਏ ਨੇ। ਖੈਰ ਇਹਨਾਂ ਦਾ ਫਲ ਨਹੀਂ ਆਉਣ ਲੱਗਿਆ ਹਜੇ, ਮੈਂ ਗੱਲ ਖੀਰੇ ਦੀ ਕਰ ਰਿਹਾ ਸੀਗਾ ਵੀ ਇਹਨੂੰ ਜੇ ਸਾਰਿਆਂ ਨੂੰ ਵੱਧ ਫਲ ਲਾਉਣਾ ਨਾ ਤਾਂ ਜ਼ਰੂਰੀ ਨਹੀਂ ਵੀ ਆਪਾਂ ਨੂੰ ਰੇਹਾਂ ਸਪਰੇਆਂ ਦੀ ਉਹ ਕਰਨਾ ਪਊ ਹੈ ਨਾ, ਵੀ ਸਪਰੇ ਇਹਨਾਂ 'ਤੇ ਕਰੋ ਵੀ ਤਾਂ ਵਧਣਗੇ ਫੁੱਲਣਗੇ। ਵੀਰੇ ਆ ਇੰਨਾ ਕੁ ਤੁਹਾਨੂੰ ਦਿਖਾਇਆ, ਇੱਥੋਂ ਸਟਾਰਟ ਹੁੰਦਾ ਇਹ, ਉਹ ਉੱਥੇ ਤੱਕ ਹੈ। ਟੋਟਲੀ ਇਹਦੇ ਵਿੱਚ 3 ਕਿਲੋ ਡਾਇਆ ਅਤੇ 1.5 ਕੁ ਕਿਲੋ ਯੂਰੀਆ ਪਾਇਆ ਸੀਗਾ ਮੈਂ, ਅਤੇ ਪਾਉਣ ਵੇਲੇ ਐਂ ਦੇਖਣਾ ਵੀ ਇਹ ਬੇਲਾਂ ਦੇ ਉੱਤੇ ਨਾ ਪਵੇ। ਜੋ ਵੀ ਪਰਨਾ ਨਾ ਖੀਰਾ ਇਹ ਮਤਲਬ ਇਹਦੇ ਨਾਲ ਜੇ ਬੇਲਾਂ ਦੇ ਉੱਤੇ ਪਾਵਾਂਗੇ ਤਾਂ ਉਹਦੇ ਨਾਲ ਖੀਰਾ ਖਰਾਬ ਹੋਣ ਲੱਗ ਜਾਂਦਾ। ਇਹਨੂੰ ਤੁਸੀਂ ਤੁਹਾਡੇ ਲਈ ਬਿਹਤਰ ਰਹੂਗਾ ਵੀ ਤੁਸੀਂ ਖਾਲੀ ਦੇ ਵਿੱਚ ਪਾਓ, ਕਿਉਂਕਿ ਜਦ ਆਪਾਂ ਖਾਲੀ ਦੇ ਵਿੱਚ ਆਪਾਂ ਰੇਹ ਡਾਇਆ ਵਗੈਰਾ ਖੜਾਉਂਦੇ ਹਾਂ ਨਾ ਤਾਂ ਉਹ ਬੇਲਾਂ ਆਪਣੇ ਆਪ ਹੀ ਖਿੱਚ ਲੈਂਦੀਆਂ ਨੇ ਜਿੰਨੀ ਕੁ ਲੋੜ ਅਨੁਸਾਰ ਉਹਨਾਂ ਨੂੰ, ਹੈ ਨਾ, ਜ਼ਿਆਦਾ ਪਾਉਣ ਦੀ ਲੋੜ ਨਹੀਂ ਪੈਂਦੀ ਆਪਾਂ ਨੂੰ, ਲੋੜ ਅਨੁਸਾਰ ਇਹ ਸਾਰਾ ਕੁਝ ਖਿੱਚ ਲੈਂਦੀਆਂ ਨੇ। ਅਤੇ ਆਪਾਂ ਤੁਹਾਨੂੰ ਫਲ ਵੀ ਦਿਖਾਵਾਂਗੇ ਕਿੰਨਾ ਕਿਹਦੇ ਨਾਲ ਉਹ ਤੋੜਿਆ ਆ। ਆਹ ਬੇਲਾਂ ਦੇਖ ਲਓ ਤੁਸੀਂ, ਆਹ ਦੇਖ ਲਓ।